ਸਤਿਕਾਲ ਜੀ ਭਾਜੀ ਇੱਕ ਨਾ ਲਖਵਿੰਦਰ ਸਿੰਘ ਡੀਏਜੀ ਸਾਹਿਬ ਨੇ ਉਹਨਾਂ ਨੇ ਆਪਣੀ ਨੌਕਰੀ ਤੋਂ ਪੰਜਾਬ ਪੁਲਿਸ ਦੀ ਨੌਕਰੀ ਨੂੰ ਤੋਸੀਫਾ ਦੇ ਕੇ ਕਿਸਾਨਾਂ ਦੇ ਲਈ ਸਮਰਥਨ ਦਿੱਤਾ ਹੈ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਜਾਖੜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਸਾਨ ਜਥੇਬੰਦੀਆਂ ਵੱਲੋਂ ਕਿ ਉਹਨਾਂ ਨੇ ਪੰਜਾਬ ਪ੍ਰਸਤ ਹੋਣ ਦਾ ਜਿਹੜਾ ਇਹ ਸਬੂਤ ਦਿੱਤਾ ਹੈ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਹੈ ਔਰ ਅਸੀਂ ਬਾਕੀ ਧਿਰਾਂ ਨੂੰ ਵੀ ਜਿਹੜੇ ਬੀਜੇਪੀ ਦੇ ਸਾਡੇ ਭਰਾ ਨੇ ਜਿਹੜੇ ਹਾਲੇ ਵੀ ਕੇਂਦਰ ਸਰਕਾਰ ਦੀ ਬੋਲੀ ਬੋਲ ਰਹੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਹੁਣ ਸਮਾਂ ਮੰਗ ਕਰਦਾ ਹੈ ਪੰਜਾਬ ਨੂੰ ਤੁਹਾਡੀ ਜ਼ਰੂਰਤ ਹੈ ਤੁਸੀਂ ਆਓ ਮੈਦਾਨ ਦੇ ਵਿੱਚ ਔਰ ਤੁਸੀਂ ਪੰਜਾਬ ਪ੍ਰਸਤ ਹੋਣ ਦਾ ਸਬੂਤ ਦਿਓ ਕਿਉਂਕਿ ਇਤਿਹਾਸ ਦੇ ਵਿੱਚ ਨਾਮ ਜਿਹੜੇ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣਗੇ ਉਹਨਾਂ ਦਾ ਹੀ ਹੋਣਾ ਹੈ ਨਾ ਕਿ ਗਦਾਰਾਂ ਦਾ ਔਰ ਇਤਿਹਾਸ ਇਹਨਾਂ ਨੂੰ ਕਦੀ ਮਾਫ਼ ਨਹੀਂ ਕਰੇਗਾ ਇਸ ਕਰਕੇ ਇਹਨਾਂ ਨੇ ਪੰਜਾਬ ਦਾ ਅੰਨ ਖਾਧਾ ਹੈ ਅਤੇ ਪੰਜਾਬ ਪ੍ਰਸਤ ਹੋਣ ਦਾ ਇਹ ਸਬੂਤ ਦੇਣ ਇਹਦੇ ਬਾਰੇ ਤੁਸੀਂ ਭਾਜੀ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਾਂਗਾ ਜੀ ਪਹਿਲਾਂ ਤਾਂ ਮੈਂ ਉਹਨਾਂ ਦਾ DGP DIG ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੰਜਾਬ ਦਾ ਪ੍ਰਸਤ ਹੋਣ ਦਾ ਪੰਜਾਬ ਪ੍ਰਸਤ ਹੋਣ ਦਾ ਇਹ ਸਬੂਤ ਦਿੱਤਾ ਹੈ ਔਰ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਉਹਨੇ ਪੰਜਾਬ ਨਾਲ ਅੱਜ ਉਹ ਖੜ੍ਹਾ ਹੋਇਆ ਔਰ ਇਹ ਇੱਕ ਮੋਦੀ ਨੂੰ ਬਹੁਤ ਵੱਡਾ ਮੈਸੇਜ ਆਏਗਾ ਇਹਦੇ ਨਾਲ ਕਿਉਂਕਿ ਜਿਵੇਂ ਸਾਡੇ ਖਿਡਾਰੀਆਂ ਨੇ ਆਪਣੇ ਜਿਹੜੇ ਤਮਗੇ ਦਿੱਤੇ ਨੇ ਵਾਪਸ ਜਿਹੜਾ ਉਹਨਾਂ ਨੂੰ ਮਿਲੇ ਹੋਏ ਹਨ ਵੱਡੇ ਵੱਡੇ ਪੁਰਸਕਾਰ ਮਿਲੇ ਹਨ ਔਰ ਇਹਨੇ ਵੀ ਆਪਣੀ ਇਸ ਨੌਕਰੀ ਕਿੱਡੀ ਵੱਡੀ ਨੌਕਰੀ ਹੈ ਵੇਖੋ ਅੱਜ ਕੋਈ ਨਿੱਕੀ ਜਿਹੀ ਨੌਕਰੀ ਨਹੀਂ ਛੱਡਦਾ ਕਿੱਡੀ ਵੱਡੀ ਨੌਕਰੀ ਛੱਡੀ ਉਹਨਾਂ ਨੇ ਔਰ ਉਹ ਤੋਂ ਅਸਤੀਫਾ ਦਿੱਤਾ ਉਹਨਾਂ ਨੂੰ ਮੈਂ ਉਹਨਾਂ ਦਾ ਧੰਨਵਾਦ ਕਰਾਂਗਾ ਔਰ ਮੋਦੀ ਸਰਕਾਰ ਨੂੰ ਕਹਾਂਗਾ ਵੀ ਇਹ ਕੋਈ ਇਕੱਲਾ ਨਹੀਂ ਅਜੇ ਬਹੁਤ ਕੁਛ ਹੋਣਾ ਹੈ ਇਹ ਇਕੱਲਾ ਇਹ ਨਹੀਂ ਅਜੇ ਹੋਰ ਬੜੇ ਬੜੇ ਵੱਡੇ ਅਸਤੀਫੇ ਹੋਣਗੇ ਇਹੀ ਮੈਂ ਉਹਨੂੰ ਕਹਿੰਦਾ ਵੀ ਇਹ ਜਿਹੜੇ ਸਾਡੇ 3 ਬਿੱਲ ਨੇ ਇਹ ਵਾਪਸ ਲਵੇ ਅਤੇ ਇਹ ਜਿਹੜਾ ਸਾਡਾ ਪੰਜਾਬ ਹੈ ਫਿਰ ਆ ਕੇ ਖੁਸ਼ਹਾਲ ਵਸੇ ਅਤੇ ਸਾਡੇ ਜਿਹੜੇ ਭਰਾ ਉੱਥੇ ਠੰਡ 'ਚ ਬੈਠੇ ਨੇ ਉਹ ਸਾਡੇ ਵਾਪਸ ਆਉਣ ਮੈਂ ਤਾਂ ਇਹੀ ਬੇਨਤੀ ਕਰਾਂਗਾ ਮੋਦੀ ਸਾਹਿਬ ਨੂੰ ਵੀ ਇਹ ਸਾਡੇ ਕਾਨੂੰਨ ਵਾਪਸ ਕਰਕੇ ਅਤੇ ਸਾਡੇ ਇਸ ਪੰਜਾਬ ਨੂੰ ਇਹ ਸਗਾਂ ਜਿਹੜਾ ਕਿ ਹੁਣ ਬੜੀਆਂ ਗੱਲਾਂ ਚੱਲਦੀਆਂ ਨੇ ਕਦੇ ਨਕਸਲੀ ਕਹਿੰਦੇ ਨੇ ਕਦੇ ਕੁਛ ਕਹਿੰਦੇ ਨੇ ਉਹਨਾਂ ਜਿਹੜੀ ਅੱਗ ਤੋਂ ਉਸ ਅੱਗ 'ਚੋਂ ਬਚਾਇਆ ਜਾਵੇ ਬਹੁਤ ਬਹੁਤ ਧੰਨਵਾਦ Subscribe to my channel and also press